ਪੜ੍ਹਾਈ ਦੇ ਤੌਰ ਤੇ ਇਸਤੇਮਾਲ ਕਰਦਾ ਸੀ ਮੋਬਾਈਲ ਨੂੰ, ਤੇ ਗੁੰਮ ਹੋਏ ਨੂੰ ਜੀ ਤਕਰੀਬਨ 8 ਮਹੀਨੇ ਹੋਈ ਮੇਰੇ ਨੂੰ, ਤੇ ਮਤਲਬ ਹੁਣ ਵਧੀਆ ਹੁੰਦਾ ਗਾ ਜੀ, ਮਿਲ ਗਿਆ ਜੀ, ਤੁਹਾਨੂੰ ਛੇਤੀ ਰਿਕਵਰੀ ਕੀਤੀ। ਹਾਂ ਜੀ, ਧੰਨਵਾਦ ਕਰਨਾ, ਧੰਨਵਾਦ ਕਰਨਾ। 13 13 ਹਜ਼ਾਰ ਦਾ ਹੋਇਆ, 14 ਮੋਬਾਈਲ ਸੀਗਾ ਜੀ, ਤੇ ਬਾਕੀ ਮੋਬਾਈਲ ਆਹ ਮਹੀਨੇ 'ਚ ਹੀ ਖਤਮ ਹੋਇਆ ਸੀਗਾ ਜੀ, ਕਿਸੇ ਨੇ ਚੋਰੀ ਕਰ ਲਿਆ ਜਾਂ ਇੱਥੇ ਡਿੱਗ ਪਿਆ ਸੀ ਮੇਰਾ ਮੋਬਾਈਲ ਕਚਹਿਰੀ 'ਚ। ਮੈਂ ਆਈ ਸੀ ਕੰਮ ਕਰਾਉਣ ਜਵਾਕ ਦਾ, ਤੇ ਉਹਨੇ ਦੂਜੀ ਕਲਾਸ 'ਚ ਹੋਣਾ ਸੀਗਾ, 11ਵੀਂ 'ਚ ਹੋਣਾ ਸੀਗਾ, ਬੱਚੇ ਨੇ ਪੜ੍ਹਨਾ ਸੀਗਾ, ਤੇ ਉਹ ਜਦੋਂ ਮੈਂ ਗਈ ਮੈਨੂੰ ਬੁਖਾਰ ਜ਼ਿਆਦਾ ਸੀਗਾ, ਤੇ ਜਦੋਂ ਮੈਂ ਘਰੇ ਜਾ ਕੇ ਦੇਖਿਆ ਤੇ ਮੋਬਾਈਲ ਹੈ ਨਾ ਸੀਗਾ। ਫਿਰ ਇੱਥੇ ਰਿਪੋਰਟ ਕੀਤੀ, ਵਿਚਾਰਿਆਂ ਨੇ ਸ਼ਾਬਾਸ਼ ਸੀ ਇਹਨਾਂ ਨੇ ਜਿਨ੍ਹਾਂ ਨੇ ਸਾਨੂੰ ਭਾਲ ਕੇ ਦਿੱਤਾ, ਧੰਨਵਾਦ ਗਾਉਂਦੇ ਹਾਂ ਵਿਚਾਰਿਆਂ ਦਾ। ਮੇਰਾ ਜੀ ਫੋਨ ਤਕਰੀਬਨ 8-9 ਮਹੀਨੇ ਪਹਿਲਾਂ ਗੁੰਮ ਹੋਇਆ ਸੀ, ਤੇ ਓਪੋ ਦਾ ਫੋਨ ਸੀ ਜੀ, ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੀ, ਬਹੁਤ ਖੁਸ਼ੀ ਹੈ ਕਿ ਫੋਨ ਲੱਭਿਆ ਹੈਗਾ, ਤੇ ਧੰਨਵਾਦ ਕਰਦਾ ਸਾਰੇ ਪ੍ਰਸ਼ਾਸਨ ਦਾ, ਤੇ ਖੁਸ਼ੀ ਹੋਈ ਹੈ ਜੀ। ਫੋਨ ਨਹੀਂ, ਗੁੰਮ ਹੋ ਗਿਆ ਸੀ, ਡਿੱਗ ਪਿਆ ਸੀ ਜੀ, ਤੇ ਉਦੋਂ ਬਾਅਦ ਫਿਰ ਅੱਜ ਫੋਨ ਆਇਆ ਸੀ ਕੱਲ੍ਹ ਇਹਨਾਂ ਦਾ ਸਾਈਬਰ ਸੈੱਲ 'ਚੋਂ ਵੀ ਤੁਹਾਡਾ ਫੋਨ ਲੱਭ ਗਿਆ, ਤੇ ਸਵੇਰੇ SSP ਦਫ਼ਤਰ ਮਿਲੇ। ਮਾਨਯੋਗ DGP ਸਾਹਿਬ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਨੇ, ਤੇ ਕਮਿਊਨਿਟੀ ਪੁਲਿਸਿੰਗ ਦੇ ਤਹਿਤ ਸਾਡੇ SPD ਸਾਹਿਬ, DSP ਸਾਈਬਰ ਕ੍ਰਾਈਮ ਤੇ DSP ਬਰਨਾਲਾ, ਉਹਨਾਂ ਨੇ ਕਾਫੀ ਵਧੀਆ ਉਪਰਾਲਾ ਕੀਤਾ, ਤੇ ਸਾਡਾ ਸਾਈਬਰ ਕ੍ਰਾਈਮ ਜਿਹੜਾ ਵਿੰਗ ਹੈਗਾ ਉਹਨਾਂ ਨੇ ਕਾਫੀ ਅੱਛੀ ਮਿਹਨਤ ਕਰਦੇ ਹੋਏ, ਜਿੰਨੇ ਮਿਸਿੰਗ ਦੀ ਕੰਪਲੇਂਟ ਸਾਡੇ ਕੋਲ ਰਿਸੀਵ ਹੋਈ ਸੀਗੀ, ਸਾਰਿਆਂ ਤੇ ਟੈਕਨੀਕਲੀ ਵਰਕ ਕੀਤਾ, ਤੇ ਸਾਨੂੰ ਵਧੀਆ ਉਪਲਬਧੀ ਬਰਨਾਲਾ ਪੁਲਿਸ ਨੂੰ ਮਿਲੀ ਹੈ ਕਿ 63 ਮੋਬਾਈਲ ਫੋਨਸ ਅਸੀਂ ਰਿਕਵਰ ਕੀਤੇ ਨੇ, ਜੋ ਕਿ ਅਸੀਂ ਉਹਨਾਂ ਦੇ ਓਰਿਜਨਲ ਜੋ ਓਨਰਸ ਨੇ ਉਹਨਾਂ ਨੂੰ ਹੈਂਡ ਓਵਰ ਕਰਾਂਗੇ। ਹਾਂਜੀ ਹਾਂ, ਵੀ ਹੈਵ ਕੰਟੈਕਟਡ ਵਿਦ ਸਮ ਆਫ ਦੈਮ ਜੀ, ਤੇ ਕੁਛ ਆਏ ਵੀ ਨੇ, ਪਰ ਕਈਆਂ ਦੇ ਜਿੱਦਾਂ ਸਾਨੂੰ ਪਤਾ ਲੱਗਿਆ ਹੈ, ਬਟ ਉਹਨਾਂ ਦੇ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ ਹੁਣ ਜੋ ਓਰਿਜਨਲ ਓਨਰਸ ਹੈ। ਤੁਹਾਡੇ ਮਾਧਿਅਮ ਰਾਹੀਂ ਅਸੀਂ ਰਿਕੁਐਸਟ ਕਰਾਂਗੇ, ਜਦੋਂ ਉਹ ਨਿਊਜ਼ ਦੇਖਦੇ ਹਾਂ, ਅਗਰ ਕਿਸੇ ਨੂੰ ਕੁਛ ਪਤਾ ਕਰਨਾ ਹੈ, ਤੇ ਸਾਡਾ ਸਾਈਬਰ ਸੈੱਲ ਬਣਿਆ ਹੋਇਆ ਇੱਥੇ ਬਰਨਾਲਾ ਪੁਲਿਸ ਦਾ, DPO ਬਰਨਾਲਾ ਦੇ ਵਿੱਚ, ਉੱਥੇ ਆ ਕੇ ਸੰਪਰਕ ਕਰਕੇ ਆਪਣੀ ਜੋ ਆਈਡੈਂਟੀਟੀ ਤੇ ਵੈਰੀਫਿਕੇਸ਼ਨ ਕਰਾ ਕੇ ਆਪਣਾ ਮੋਬਾਈਲ ਫੋਨ ਲਿਜਾ ਸਕਦੇ।